ਆਜ ਆਜ ਕੀ ਹੋ ਰਿਹਾ ਹੈ ਸਾਡੇ ਨਾਲ ਇੰਦਰਜੀਤ ਨਿੱਕੂ ਭਾਜੀ ਹੁਣੀ ਹੋਣ ਤੇ ਅਸੀਂ ਗਾਣਾ ਨਾ ਸੁਣੀਏ ਉਹ ਵੀ ਇੱਕ ਖਾਸ ਮੌਕਾ ਜਿਹੜਾ ਹੈ ਖਾਸ ਗਾਣਾ ਬਣਾ ਕੇ ਲਿਆਏ ਨੇ ਤੇ ਫਿਰ ਭਾਜੀ ਪਲੀਜ਼ ਸਾਨੂੰ ਵੀ 2-4 17 ਜੜੀਆਂ ਸੁਣਾ ਦਿਓ ਵੈਸੇ ਤਾਂ ਥੋੜੇ ਦਿਨ ਪਹਿਲਾਂ ਅਸੀਂ ਇੱਕ ਗਾਣਾ ਕੀਤਾ ਸ਼ੁਭ ਇਧਰਾ ਇਹ ਮੇਰਾ ਮਿੱਤਰਾ ਜੀ ਸ਼ੁਭ ਕਰਮਨ ਆ ਜਾਓ ਰਿਆ ਜਾਓ ਸ਼ੁਰੂ-ਸ਼ੁਰੂ ਚ ਸ਼ੁਭ ਨੇ ਮੇਰੇ ਨਾਲ ਅਸੀਂ ਬਹੁਤ ਇਕੱਠਿਆਂ ਨੇ ਕੰਮ ਕੀਤਾ ਮੇਰੇ ਨਾਲ ਭੰਗੜਾ ਪਾਉਂਦਾ ਸੀ ਸ਼ੁਭ ਲੇਕਿਨ ਅੱਜ ਉਹ ਤੋਂ ਬਾਅਦ ਇਹ ਨੇ ਅ ਸਿਰਫ ਰੇ ਜਟੇ ਰੇ ਜਟੇ ਰੇ ਇਦਾਂ ਦੀਆਂ ਕਿੰਨੀਆਂ ਮੂਵੀਆਂ ਜਿਹੜੀਆਂ ਦਿਲ ਆਪਣਾ ਪੰਜਾਬੀ ਐਸਿਸਟ ਕੀਤੀਆਂ ਤੇ ਅੱਜ ਕੱਲ ਇੱਕ ਸਟੈਬਲਿਸ਼ ਵੀਡੀਓ ਡਾਇਰੈਕਟਰ ਹੈ ਇਹਦਾ ਇੱਕ ਕਨਸੈਪਟ ਸੀ ਅਸੀਂ ਇੱਕ ਗਾਣਾ ਕੀਤਾ ਸੀ ਪੱਗ ਦਾ ਬ੍ਰਾਂਡ ਕੁੜੀ ਮੈਨੂੰ ਕਹਿੰਦੀ ਆ ਆ ਦੇਖੋ ਤੁਹਾਡੇ ਵਾਸਤੇ ਮੈਂ ਗੁੱਚੀ ਦੀਆਂ ਪੱਗਾਂ ਲੈ ਕੇ ਆਰਡਰ ਕਰਕੇ ਆਈਆਂ ਕਿਉਂਕਿ ਤੁਸੀਂ ਪੱਗ ਬਨਣ ਨੂੰ ਬਹੁਤ ਟਾਈਮ ਲਾਉਂਦੇ ਹੋ ਕੀ ਕਹ ਉਹਨੇ ਆਪਦੀ ਸ਼ੈਰਨ ਸੀਗੀ ਉਹਨੇ ਉਹ ਜੀ ਗੱਲ ਬੋਲੀ ਕਿਉਂਕਿ ਗੁੱਚੀ ਦੀਆਂ ਪਿੱਛੇ ਜੇ 800 800 ਡਾਲਰ ਦੀ ਅਮਰੀਕਾ ਦੇ ਵਿੱਚ ਪੱਗ ਲਾਂਚ ਹੋਈ ਸੀ ਤੇ ਮੈਂ ਉਹਨੂੰ ਕਹਿ ਰਿਹਾ ਕਿ ਮੇਰੀ ਪੱਗ ਬਾਰੇ ਨਾ ਕੁਝ ਬੋਲੀ ਲੈ ਤੂੰ ਜਾਣਦੀ ਨਹੀਂ ਸਾਡੀ ਪੱਗ ਬਾਰੇ ਉਹਦੇ ਵਿੱਚ ਜਿਹੜੀ ਮੇਨ ਗੱਲ ਸੀਗੀ ਉਹਦੇ ਵਿੱਚ ਅਸੀਂ ਕਿਸਾਨਾਂ ਦਾ ਇੱਕ ਦਰਦ ਦਿਖਾਇਆ ਸੀ ਹੁਣ ਪਗੜੀ ਦੇ ਨਾਲ ਸਾਡਾ ਪੰਜਾਬੀਆਂ ਦਾ ਵੈਸੀ ਸ਼ੁਰੂ ਦਾ ਤਾਲਮੇਲਾ ਉਹਦੇ ਵਿੱਚ ਕੀ ਹੋਇਆ ਕਿ ਕਿਸਾਨ ਨਾਲ ਧੱਕਾ ਹੋ ਰਿਹਾ ਉਹਦੀ ਜ਼ਮੀਨ ਦੇ ਵਿੱਚ ਉਹਨੂੰ ਬਾਹਰ ਕੱਢਿਆ ਜਾਂਦਾ ਤੇ ਅਸੀਂ ਉਹ ਤੋਂ ਬਾਅਦ ਜਿਹੜੇ ਉਹਦੇ ਨਾਲ ਦੇ ਬੰਦੇ ਉਹਨਾਂ ਦੇ ਗੋਲੀਆਂ ਮਾਰਦੇ ਆ ਗੋਲੀਆਂ ਮਾਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਕਹਿੰਦੇ ਆ ਕਿ ਤੁਸੀਂ ਗੋਲੀਆਂ ਮਾਰੋ ਉਹ ਸਿਰਫ ਇੱਕ ਫੀਲ ਸੀ ਕਿ ਜਿਹੜੇ ਬੰਦੇ ਕਿਸਾਨ ਨੂੰ ਇਦਾਂ ਦੁਖੀ ਕਰ ਦਿੰਦੇ ਨੇ ਉਹਦੀ ਆਪਣੀ ਜ਼ਮੀਨ ਚੋਂ ਉਹਨੂੰ ਖੇਤਾਂ ਚੋਂ ਬਾਹਰ ਕੱਢ ਦਿੰਦੇ ਨੇ ਜਾਂ ਆਪਣੇ ਖੇਤਾਂ ਦੇ ਵਿੱਚ ਉਹਨੂੰ ਜਿੱਥੇ ਮਾਲਕ ਆ ਉੱਥੇ ਨੌਕਰੀਆਂ ਕਰਨ ਦੇ ਮਜਬੂਰ ਕਰ ਦਿੰਦੇ ਨੇ ਦਿਲ ਕਰਦਾ ਯਾਰ ਇਹਨਾਂ ਲੋਕਾਂ ਦੇ ਗੋਲੀ ਮਾਰ ਦਈਏ ਇੱਕ ਫੀਲ ਹੈ ਉਹ ਉਤ ਤੋਂ ਬਾਅਦ ਉਸੇ ਗਾਣੇ ਦੇ ਵਿੱਚ ਇੱਕ ਕੁੜੀ ਹੈ ਜਿਹਨੂੰ ਕੋਈ ਬੰਦਾ ਛੇੜ ਰਿਹਾ ਤੇ ਉਹ ਫਿਰ ਕੁੜੀ ਨੂੰ ਪਿਸਤੌਲ ਦੇ ਕੇ ਮਹੋਤੋ ਗੋਲੀਆਂ ਮੁੰਡੇ ਦੇ ਮਰਵਾਉ ਉੱਥੇ ਵੀ ਇਹੀ ਫੀਲ ਹੈ ਕਿ ਜਿਹੜੇ ਲੋਕ ਐਦਾਂ ਕਰਦੇ ਨੇ ਉਹਨਾਂ ਨੂੰ ਐਜੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਤਾਂ ਕਿ ਹੋਰ ਲੋਕ ਅਗਾਹ ਹੋ ਸਕਣ ਐ ਗੱਲਾਂ ਤੋਂ ਦੂਰ ਰਹਿਣ। ਜੀ। ਉਹ ਇਹਦੀ ਕ੍ਰੀਏਟੀਵਿਟੀ ਸੀ ਕਿ ਉਹ ਕਿਸਾਨਾਂ ਦਾ ਦਰਦ ਤੇ ਉਹ ਕੁੜੀਆਂ ਦਾ ਜਿਹੜਾ ਦੁਕਾਨ ਸੀ ਕਿਵੇਂ ਦਿਖਾਇਆ। ਉਹ ਤੋਂ ਬਾਅਦ ਮੈਨੂੰ ਸ਼ੁਭ ਕਹਿੰਦਾ ਭਾਈ ਆਪਾਂ ਕਿਸਾਨਾਂ ਕੋਲੋਂ ਤੇ ਜਾ ਕੇ ਆਇਆ। ਕਿਸਾਨਾਂ ਲਈ ਕੋਈ ਗਾਣਾ ਹੀ ਬਣਾਈਏ। ਮੈਂ ਕਿਹਾ ਯਾਰ ਇਸ ਟਾਈਮ ਦਿਲ ਹੀ ਨਹੀਂ ਕਰ ਰਿਹਾ ਕੁਝ ਗਾਉਣ ਨੂੰ ਜਾਂ ਐਦਾਂ ਦੀ ਕੋਈ ਗੱਲ ਕਰਨ ਨੂੰ। ਨਹੀਂ ਭਾਈ ਆਪਾਂ ਕਿਸਾਨਾਂ ਲਈ ਕੁਝ ਨਾ ਕੁਝ ਬਣਾਈਏ। ਆਪਣਾ ਗਾਣਾ ਸੀ ਨਾ ਮੋਟਰ ਵਾਲਾ ਜਿੰਦਾ ਮੈਂ ਕਿਹਾ। ਕੰਦਾ ਉਹ ਤਾਂ ਸੀਗਾ ਕਿ ਸਾਡੇ ਕੋਲ ਮਖਤਿਆਰੀ ਸੀ ਮੋਟਰ ਵਾਲੇ ਜੰਦੇ ਦੀ ਆਪਾਂ ਕੁਛ ਗਾਈਏ ਕਿ ਹੁਣ ਸਾਤੋਂ ਖੌਣ ਨੂੰ ਫਿਰਦਾ ਹੈ ਮੋਦੀ ਫਿਰ ਉਸ ਜੋ ਗਾਣਾ ਬਣਾਇਆ ਕੰਦਾ ਇਤਿਹਾਸ ਸਾਡਾ ਪੜਦੀ ਤੇ ਆਢੇ ਨਹੀਂ ਸੀ ਲੈਣੇ ਤੂੰ ਇਤਿਹਾਸ ਸਾਡਾ ਪੜਦੀ ਤੇ ਆਢੇ ਨਹੀਂ ਸੀ ਲੈਣੇ ਤੂੰ ਤਾਂ ਹੀ ਉਹ ਤੈਨੂੰ ਮੁੜ ਕੇ ਪੜਨ ਪਾਉਣ ਲੱਗੇ ਨੇ ਲਾਠੀਆਂ ਤੋਂ ਮਾਰੀਆਂ ਨੇ ਜਿੰਨਾਂ ਦੇ ਆਚੂਲਿਆਂ ਤੇ ਫੌਜ ਤੇਰੀ ਨੂੰ ਦੇਖ ਲੰਗਰ ਚਕਾਉਣ ਲੱਗੇ ਨੇ ਤੇਰੀਆਂ ਇਹ ਧੱਕੇਸ਼ਾਈਆਂ ਤੇਰੇ ਜੋ ਕਾਨੂੰਨ ਕਾਲੇ ਸਬਰ ਸਾਡੇ ਦਾ ਹੁਣ ਬੰਨ ਟੋਣ ਲੱਗੇ ਨੇ ਉਹ ਲੱਕੀ ਚੱਕ ਮੈਰੀਏ ਵੇ ਸੱਚੀ ਰੱਬ ਖੈਰ ਕਰੇ 84 ਵਾਲੇ ਅੱਖਾਂ ਅਗੇ ਸੀਨ ਆਉਣ ਲੱਗੇ ਨੇ ਉਤਪਰ ਗਾਣਾ ਕਹਿੰਦਾ ਉਹ ਇਨਤ ਦਿਨ ਨਵੇਂ ਐਲਾਨ ਕਰੇ ਜੋ ਮਲਪਲ ਮਨ ਕੀ ਬਾਤ ਕਰੇ ਜੋ ਮਨ ਮਰਜ਼ੀ ਦੇ ਕਾਨੂੰਨ ਬਣਾ ਕੇ ਲੋਕਾਂ ਨੂੰ ਪਰੇਸ਼ਾਨ ਕਿਸਾਨ ਬਟਾਤੇ ਸੜਕਾਂ ਤੇ ਬਹਿ ਜੇ ਬੇੜੀ ਬੰਦੇ ਗੰਦੇ ਦੀ ਸਾਡੇ ਤੋਂ ਕੌਣ ਨੂੰ ਫਿਰਦਾ ਚਾਬੀ ਮੋਟਰ ਵਾਲੇ ਜਿੰਦੇ ਦੀ ਸਾਡੇ ਤੋਂ ਕੌਣ ਨੂੰ ਫਿਰਦਾ ਚਾਬੀ ਮੋਟਰ ਵਾਲੇ ਸਾਰੇ ਗਾਉ ਸਾਰੇ ਗਾਉ ਕਹਿੰਦਾ ਐਦਾਂ ਕਿਦਾਂ ਪੈਰ ਆ ਡਾਨੀ ਜ਼ਮੀਨ ਸਾਡੀ ਤੇ ਧਰ ਜਾਣਗੇ ਤੈਨੂੰ ਲੱਗਿਆ ਹੋਣਾ ਓਏ ਤਾਂ ਪਿੰਡਾਂ ਵਾਲੇ ਡਰ ਜਾਣਗੇ ਇਹ ਦਸ਼ਮਣ ਭੱਜਣ ਨੂੰ ਰਾ ਲੱਭਦੇ ਪਰ ਇਹ ਜਾਣ ਨਾ ਦਿੰਦੇ ਜੀ ਸਾਡੇ ਤੋਂ ਖੋਣ ਨੂੰ ਫਿਰਦਾ ਚਾਬੀ ਮੋਟਰ ਵਾਲੇ ਜਿੰਦਗੀ ਸਾਡੇ ਤੋਂ ਖੋਣ ਨੂੰ ਫਿਰਦਾ ਚਾਬੀ ਮੋਟਰ ਵਾਲੇ ਜਿੰਦਗੀ ਫਿਰ ਇਹ ਕਹਿੰਦਾ ਹੁੰਦਾ ਨਾ ਮੇਰੇ ਭਾਈਓ ਮੇਰੇ ਬਹਿਨੋ ਹੈ ਨਾ ਕਹਿੰਦਾ ਕਹਣਾ ਉਹਨੇ ਕੱਲ ਨੂੰ ਮਨ ਕੀ ਬਾਤ ਆਉਦੀ ਕਹੂਗਾ ਨਾ ਅਸੀਂ ਵੀ ਕਹਨੇ ਆ ਅਸੀਂ ਵੀ ਕਹਨੇ ਆ ਭਾਈਓ ਬਹਿਨੋ ਭਾਈਓ ਬਹਿਨੋ ਕਹਿ ਕੇ ਨੇ ਅੰਦਰ ਤੱਕ ਹਲਾਤੀ ਦੁਨੀਆ ਨੋਟਬੰਦੀ ਫਿਰ ਜੀਐਸਟੀ ਹੁਣ ਸੜਕਾਂ ਉੱਤੇ ਬਿਠਾਤੀ ਦੁਨੀਆ ਚਾਹ ਦੀ ਰੇੜੀ ਲਾਉਣ ਵਾਲੇ ਨੇ ਖੂਨ ਦੇ ਹੰਝੂ ਰੁਆਤੀ ਦੁਨੀਆ ਸਾਰੀ ਦੁਨੀਆ ਕਰੇ ਬਦਰੋਂ ਨਿਕੂ ਕਿੱਥੇ ਚਲੀ ਗਈ ਅਕਲ ਸਾਡੇ ਤੋਂ ਖੋਣ ਨੂੰ ਫਿਰਦਾ ਚਾਬੀ ਮੋਟਰ ਵਾਲੇ ਜਿੰਦੇ ਦੀ ਸਾਡੇ ਤੋਂ ਖੋਣ ਨੂੰ ਫਿਰਦਾ ਚਾਬੀ ਮੋਟਰ ਵਾਲੇ ਜਿੰਦੇ ਦੀ ਐਂਡ ਤੇ ਕਹਿੰਦਾ ਬੇਬੇ ਜੀ ਬਾਪੂ ਜੀ ਇਹਨੂੰ ਕੋਈ ਐਨੀ ਗੱਲ ਸਮਝਾ ਦਿਓ ਇਹ ਦੇ ਖਾਨੇ ਦੇ ਵਿੱਚ ਪਾ ਦਿਓ ਜਿੰਨਾ ਤੇ ਜ਼ੁਲਮ ਕਰੀ ਜਾਂਦਾ ਓਏ ਰੋਟੀ ਇਨਾਂ ਦੀ ਖਾਨੇ ਓਏ ਰੋਟੀ ਇੰਨਾ ਦੀ ਖਾਨਾ ਬੰਦਰਾ ਇੰਨਾ ਦੀ ਖਾਨਾ ਰੋਟੀਆਂ ਖਾ ਕੇ ਹਰਾਮ ਕਰਦਾ ਯਾਰ ਸ਼ਰਮ ਕਰੋ ਮੋਦੀ ਸਾਹਿਬ ਆਜੋ ਚੁੱਕ ਕੇ ਆਜੋ ਜਿੰਨੀ ਜਲਦੀ ਆਉਂਗੇ ਉੰਨੇ ਚੰਗੇ ਰਹੋਗੇ ਜਿੰਨਾ ਟਾਈਮ ਲਾਓਗੇ ਉੰਨੇ ਔਖੇ ਹੋਵੋਗੇ ਸਾਡੀ ਕੌਮ ਦੇ ਵਿੱਚ ਇੱਕ ਖਾਸੀਅਤ ਹੈ ਕਿ ਜਿਹੜਾ ਬੰਦਾ ਚੁੱਕ ਕੇ ਆਉਂਦਾ ਨਾ ਉਹਨੂੰ ਮਾਫੀ ਮਿਲ ਜਾਂਦੀ ਹੈ ਧੌਣ ਚ ਕੀਲਾ ਲੈ ਕੇ ਆਕੜ ਲੈ ਕੇ ਆਏਗਾ ਫਿਰ ਵੀ ਮਾਫੀ ਨਹੀਂ ਮਿਲਣੀ ਨੰਬਰ 2 ਜਿਹੜੇ ਕਿਸਾਨ ਇੱਥੇ ਬੈਠੇ ਨੇ ਨਾ ਕਾਰਬਾਰ ਛੱਡ ਕੇ ਜੇ ਤੂੰ ਇਹ ਸੋਚਦਾ ਹੋਵੇਂਗਾ ਕਿ ਤਾਂ ਠੰਡ ਠੁੰਡ ਚ ਅੱਕ ਕੇ ਥੱਕ ਕੇ ਮੁੜ ਜਾਣਗੇ ਇਹ ਨਾ ਅੱਕਣ ਵਾਲੇ ਨੇ ਨਾ ਥੱਕਣ ਵਾਲੇ ਨੇ ਕਿਉਂਕਿ ਖਾਲਸਾ ਢ ਵਰਗੇ ਸਾਡੇ ਇੰਨੇ ਭਰਾ ਜਿਹੜੇ ਸੇਵਾ ਦੇ ਵਿੱਚ ਇੱਥੇ ਹਾਜ਼ਰ ਬੈਠੇ ਨੇ ਟੁੱਟ ਬ੍ਰਦਰ ਵਰਗੇ ਜਿਹੜੇ ਬਦਾਮਾ ਦੇ ਇਥੇ ਲੰਗਰ ਚਲਾ ਰਹੇ ਨੇ ਹੋਰ ਲੰਗਰ ਤਰ੍ਹਾਂ ਤਰ੍ਹਾਂ ਦੇ ਕਿੰਨੇ ਚੱਲਦੇ ਨੇ ਸਵੇਰ ਨੂੰ ਇੱਥੇ ਆ ਰੋਡ ਦੇਖੋ ਜਿਹੜੀ ਤੁਹਾਡੀ ਜੀਟੀ ਰੋਡ ਹੈ ਨਾ ਸਵੇਰ ਨੂੰ 3 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ ਨਹਾਉਣ ਇਥੇ ਨਹਾਉਂਦੇ ਵੀ ਠੰਡੇ ਪਾਣੀ ਨਾਲ ਉੱਥੇ ਰੋਡ ਦੇ ਉੱਤੇ ਤਾਜ਼ਾ ਪਾਣੀ ਲੈ ਕੇ ਉਹ ਇਹਨਾਂ ਨੂੰ ਠੰਡੇ ਪਾਣੀ ਦਾ ਫਰਕ ਨਹੀਂ ਪੈਂਦਾ ਇਹਨਾਂ ਨੂੰ ਠੰਡੀਆਂ ਰਾਤਾਂ ਦਾ ਫਰਕ ਨਹੀਂ ਪੈਂਦਾ ਉੱਪਰ ਉਹ ਸਾਡੇ ਸ਼ਹੀਦਾਂ ਦੇ ਦਿਨ ਨੇ ਜਿਨ੍ਹਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਵਾਰਿਆ ਇਹਨਾਂ ਦਿਨਾਂ 'ਚ ਤਾਂ ਵੈਸੇ ਹੀ ਸਾਡੇ ਪੰਜਾਬੀ ਕਹਿੰਦੇ ਨੇ ਕਿ ਅਸੀਂ ਇਹਨਾਂ ਦਿਨਾਂ ਵਿੱਚ ਜਾਂ ਤਾਂ ਉੱਥੇ ਫਤਿਹਗੜ੍ਹ ਸਾਹਿਬ ਜਾ ਕੇ ਬਾਹਰ ਠੰਡ ਦੇ ਵਿੱਚ ਰਾਤ گزار ਕੇ ਆਉਣੀ ਹੈ ਤੇ ਹੁਣ ਇੱਥੇ ਆ ਕੇ ਕਹਿੰਦੇ ਨੇ ਕਿ ਅਸੀਂ ਆਪਣੇ ਉਹ ਸੈਭਜ਼ਾਦਿਆਂ ਨਾਲ ਸਿੰਘਾਂ ਸ਼ਹੀਦਾਂ ਨਾਲ ਹੁਣ ਉਹ ਰਾਤਾਂ ਹੀ گزار ਰਹੇ ਹਾਂ ਸਾਨੂੰ ਕੋਈ ਫਰਕ ਨਹੀਂ ਪੈਣਾ ਸਾਡੇ ਤਾਂ ਦਿਨ ਨੇ ਤਾਂ ਦਿਨ ਮਨਾਉਂਦੇ ਪਏ ਆਂ ਮੰਨਣਾ ਤੈਨੂੰ ਪੈਣਾ ਝੁਕਣਾ ਤੈਨੂੰ ਪੈਣਾ ਜੰਨੀ ਜਲਦੀ ਮੰਨੇਗਾ ਜਲਦੀ ਝੁਕੇਗਾ ਉਹਨਾ ਚੰਗਾ ਰਹੇਗਾ ਜੀ ਵਾਕਈ ਇਹ ਗੱਲ ਤੇ ਬੜੀ ਜਿਹੜੀ ਇਹਦੇ ਵਿੱਚ ਕੋਈ ਹੱਤਕਥ ਨਹੀਂ ਨਹੀਂ ਹੈ ਕਿ ਇਹ ਉਹ ਦਿਨ ਨੇ ਜਦੋਂ ਸਾਡੇ ਜਿਹੜੇ ਨੇ ਛੋਟੇ ਸਾਹਿਬ ਜਾਦੇ ਉਹ ਕਦੇ ਡਰੇ ਨਹੀਂ ਕਦੇ ਉਹਨਾਂ ਨੇ ਜਿਹੜਾ ਹੈ ਜ਼ਾਲਮ ਅੱਗੇ ਈਨ ਨਹੀਂ ਬਣੀ ਹੋਰ ਵੀ ਗੱਲਾਂ ਤੇ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦਾ ਰਵਾਂਗਾ ਦੇਖਦੇ ਰਹੋ ਪੰਜਾਬ ਮੇਲੀ ਯੂਐਸਟੀਵੀ ਧੰਨਵਾਦ